ਸਤਿ ਸ਼੍ਰੀ ਅਕਾਲ ਵੀਰ ਜੀ। ਵੀਰ ਜੀ, ਆਹ ਕਬੂਤਰ ਮੈਂ 2019 ਦੇ ਵਿੱਚ ਨਾ ਇੱਕ ਛੋਟਾ ਜਿਹਾ ਪਿੰਡ ਸੀ ਉੱਥੇ ਜਾ ਕੇ ਅੱਡੇ ਲਾਇਆ ਸੀ। ਉੱਥੇ ਐਂਟਰੀਆਂ ਸੀਗੀਆਂ ਸਾਡੀਆਂ, 3 ਐਂਟਰੀਆਂ ਸੀ 5,000 ਦੀਆਂ। ਉੱਥੇ ਪੁਆਇੰਟ ਸੀ ਇੱਕ 5,000 ਦਾ। ਛੋਟਾ ਵੀੜਾ ਵੱਜਦਾ ਆ ਫੈਸਲਾਬਾਦ ਦੇ ਨਾਲ, ਆ 259, ਯਾਨੀ ਪਿੰਡ ਦਾ ਨਾਂ ਆ 269, ਅਤੇ ਛੋਟਾ ਵੀੜਾ। ਅਸੀਂ ਉੱਥੇ ਦੋਸਤ ਯਾਰ ਸੀਗਾ, ਕਹਿੰਦਾ ਕਿ ਉੱਥੇ ਸਾਡਾ ਮਸੇਰ ਆ, ਤੁਸੀਂ ਨਹੀਂ ਜਿੱਤ ਸਕਦੇ ਅਤੇ ਉੱਥੇ ਨਾ ਜਾਇਓ। ਮੈਨੂੰ ਇੰਨਾ ਸ਼ੌਕ ਨਹੀਂ ਸੀਗਾ, ਸ਼ੁਰੂ ਤੋਂ ਬਚਪਨ ਤੋਂ ਬਹੁਤ ਸੀਗਾ, ਫਿਰ ਮੈਂ ਛੱਡਤਾ, ਸਾਊਦੀਆ 'ਚ ਆ ਗਿਆ। ਮੈਨੂੰ 20 ਸਾਲ ਹੋ ਗਏ, ਅਤੇ 20 ਸਾਲਾਂ ਬਾਅਦ ਮੈਂ ਜਾ ਕੇ ਨਾ ਮਸਲਾ ਨਾ ਆ ਸ਼ੌਕ ਦੁਬਾਰਾ ਸ਼ੁਰੂ ਕੀਤਾ। ਹੁੰਦਾ ਸੀ ਘਰ 'ਚ ਕਬੂਤਰ ਸੀਗਾ, ਲੇਕਿਨ ਇੰਟਰਸਟ ਨਹੀਂ ਇੰਨਾ ਕਦੇ ਲਿਆ ਸੀ। ਅਤੇ ਬਹਰਹਾਲ ਜੋ ਵੀ ਆ, ਆਹ ਕਬੂਤਰ ਮੇਰਾ ਜੀ 7 ਦਿਨ ਉੜਿਆ ਉੱਥੇ। 3 ਕਬੂਤਰ ਹੈਗੇ ਜੇਠ ਦੇ ਵਿੱਚ ਉੜੇ ਸੀ, ਵਿੱਚੋਂ ਮੌਸਮ ਖਰਾਬ ਹੁੰਦੇ ਸੀ, ਲੇਕਿਨ ਜਿਹੜੇ ਪਹਿਲੇ 3 ਦਿਨ ਸੀ ਨਾ, ਸਾਡੇ ਜ਼ਿਲ੍ਹੇ ਫੈਸਲਾਬਾਦ ਦੇ ਵਿੱਚ ਤਿਸਰ ਦੇ ਉੱਤੇ ਫੈਸਲਾ ਹੋ ਗਿਆ ਸੀ, ਅਤੇ ਆਹ ਵਾਹਦ ਸੀ, ਯਾਨੀ ਕੋਈ 15 ਪਿੰਡਾਂ ਦੇ ਵਿੱਚ ਤਿਸਰ 'ਤੇ ਫੈਸਲਾ ਹੋ ਗਿਆ ਸੀ। ਅਤੇ ਆਹ ਵਾਹਦ ਕਬੂਤਰ ਸੀਗੇ ਜਿਹੜੇ 7 ਦਿਨ ਉੜੇ ਸੀ। ਇਹਦੇ ਮੁਖਾਲਫ 2 ਬੱਚੇ ਸੀ, 1 ਕਬੂਤਰ ਹੀ ਸੀ, 4 ਸੀਗੇ, ਯਾਨੀ ਇੱਕ ਘਰ ਦੇ 2 ਸੀ, ਇੱਕ ਦਾ ਇਕੱਲਾ ਸੀ ਇਹੋ ਕਬੂਤਰ, ਅਤੇ ਇੱਕ ਹੋਰ ਸੀ। ਅਤੇ ਇਸ ਕਬੂਤਰ ਨੇ ਉਹ 12 ਵਜੇ ਬਾਰਿਸ਼ 'ਚ ਬਹਿ ਗਏ ਸੀਗੇ। ਉਹ ਪਹਿਲੇ ਕਹਿੰਦੇ ਜੀ ਬਾਰਿਸ਼ ਦੇ ਵਿੱਚ ਸਾਂਝਾ ਨਹੀਂ, ਜਦੋਂ ਬਾਰਿਸ਼ ਪਈ ਉਹਨਾਂ ਦੇ ਬਹਿ ਗਏ। ਅਤੇ ਇਹ ਬੱਚ ਕਬੂਤਰ ਆ ਫੇਸਬੁੱਕ 'ਤੇ ਹੀ ਆ, 5 ਵਜੇ ਮੈਂ ਭੜਕਾ ਭੜਕਾ ਕੇ ਅਸੀਂ ਲਾਇਆ, ਉਹਨਾਂ ਦੇ ਤਾਂ 12 ਵਜੇ ਖੇਤਾਂ 'ਚ ਡਿੱਗ ਪਏ ਸੀ। ਬਹਰਹਾਲ ਉਹਨਾਂ ਨੇ ਕਿਹਾ ਭਾਈ ਬਾਰਿਸ਼ ਹੋ ਗਈ ਸੀ, ਸਾਂਝੇ ਆ।